ਸੇਵਨ ਲੱਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਦਾ ਨਾਮ ਕਵਲਨੰਦ ਸਿੰਘ ਜੀ ਆ ਜੀ ਤੇ ਆਪਾਂ ਮੈਂ ਸਪੈਸ਼ਲ ਆਇਆ ਆਪਣੇ ਮਿੱਤਰਾਂ ਨਾਲ ਇੱਧਰ, ਜਿਵੇਂ ਕਿ ਤੁਹਾਨੂੰ ਪਤਾ ਵਿਸਾਖੀ ਹੈਗੀ ਤੇ ਵਿਸਾਖੀ ਦਾ ਇੱਧਰ ਉਤਸਾਹ ਮਨਾਉਣ ਵਾਸਤੇ ਆਇਆ। ਆਤਿਸ਼ਬਾਜ਼ੀ ਦੇਖੀ ਕਿਸ ਤਰ੍ਹਾਂ ਦਾ ਆਨੰਦ ਨਜ਼ਰ ਆਇਆ? ਆਤਿਸ਼ਬਾਜ਼ੀ ਵੇਖ ਕੇ ਕਾਫੀ, ਮੈਂ ਇੱਧਰ ਦੂਜੀ ਵਾਰ ਦੇਖ ਰਿਹਾ ਵਾ, ਪਿਛਲੀ ਵਾਰ ਆਇਆ ਸੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਤੇ, ਉਦੋਂ ਇਹੋ ਜਿਹਾ ਮਾਹੌਲ ਦੇਖਿਆ ਸੀਗਾ ਤਾਂ ਅੱਜ ਇੱਧਰ ਦੇਖਣ ਨੂੰ ਮਿਲਿਆ ਜੀ। ਤੇ ਨਿੱਕੀ ਨਿੱਕੀ ਬਾਰਿਸ਼ ਵੀ ਹੋ ਰਹੀ ਹੈ ਕਿ ਲੱਗਦਾ ਕਿ ਆਸਥਾ ਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਕਾਬਜ ਹੋ ਪਾਉਂਦੀਆਂ ਨੇ ਕਿਉਂਕਿ ਲੋਕ ਸ਼ਰਧਾਲੂ ਬਹੁਤ ਨੇ ਸਾਥੀਆਂ ਜੀ? ਤੁਸੀਂ ਦੇਖ ਸਕਦੇ ਹੋ ਸ਼ਰਧਾਲੂ ਬਿਲਕੁਲ ਆਪਣਾ ਪੂਰਾ ਬੈਠੇ ਹੋਏ ਸੀਗੇ ਸਰੋਵਰ ਦੇ ਕੰਢੇ, ਬਿਲਕੁਲ ਉਹ ਹਟੇ ਨਹੀਂ, ਟਸ ਤੋਂ ਮਸ ਨਹੀਂ ਹੋਏ, ਬਿਲਕੁਲ ਆਰਾਮ ਨਾਲ ਆਨੰਦ ਲੈ ਰਹੇ ਸੀ, ਬਾਣੀ ਸੁਣ ਰਹੇ ਸੀਗੇ ਤੇ ਬਿਲਕੁਲ ਉਹਨਾਂ ਨੇ ਵੇਟ ਕੀਤਾ ਹੋਵੇ ਆਰਤੀ ਸਟਾਰਟ ਹੋਣ ਤੋਂ ਪਹਿਲਾਂ, ਕਿਉਂਕਿ ਆਰਤੀ ਜਦ ਸਟਾਰਟ ਹੁੰਦੀ ਹੈ ਉਦੋਂ ਹੀ ਇਹੋ ਜਿਹਾ ਸਾਹ ਵੇਖਣ ਨੂੰ ਮਿਲਦਾ ਵਾ ਜੀ। ਤੇ ਬਹੁਤ ਹੀ ਪਿਆਰਾ, ਮਤਲਬ ਮਜ਼ਾ ਦਿਲੋਂ ਅੰਦਰ ਸਕੂਨ ਮਿਲਿਆ ਵੇ ਇੱਧਰ ਆ ਕਰਕੇ। ਤੇ ਇਸ ਤਰ੍ਹਾਂ ਦਾ ਨਜ਼ਾਰਾ ਕਦੇ ਦੇਖਿਆ ਨਹੀਂ ਕਿਤੇ ਹੋਰ ਜਗ੍ਹਾ ਤੇ? ਇਹੋ ਜਿਹਾ ਨਜ਼ਾਰਾ ਕਿਤੇ ਹੋਰ ਦਾ ਵੇਖਣ ਨੂੰ ਨਹੀਂ ਮਿਲਿਆ, ਮੈਂ ਲਾਸਟ ਟਾਈਮ ਇੱਧਰ ਗੁਰੂ ਰਾਮਦਾਸ ਜੀ ਪ੍ਰਕਾਸ਼ ਪੁਰਬ ਤੋਂ ਜ਼ਰੂਰ ਦੇਖਿਆ ਸੀਗਾ ਜੀ। ਮੈਨੂੰ ਕਾਫੀ ਵਧੀਆ ਲੱਗਿਆ, ਕਾਫੀ ਟਾਈਮ ਤੋਂ ਮੈਂ ਆਣਾ ਜਾ ਰਿਹਾ ਸੀਗਾ ਇੱਥੇ ਬਟ ਆ ਨਹੀਂ ਪਾਇਆ ਮੈਂ, ਤੇ ਵਿਸਾਖੀ ਵਾਲੇ ਦਿਨ ਮੈਨੂੰ ਮਤਲਬ ਬਹੁਤ ਮਜ਼ਾ ਆਇਆ ਇੱਥੇ, ਮਤਲਬ ਜਿਹੜੀ ਮੈਂ ਆਤਿਸ਼ਬਾਜ਼ੀ ਦੇਖੀ ਹੈ ਕਾਫੀ ਵਧੀਆ ਲੱਗਿਆ ਮੈਨੂੰ। ਕਦੀ ਇਸ ਤਰ੍ਹਾਂ ਦਾ ਨਜ਼ਾਰਾ ਦੇਖਿਆ ਜੀ ਪਹਿਲਾਂ ਕਦੀ ਜੀ? ਨਹੀਂ ਨਹੀਂ ਪਹਿਲਾਂ ਕਦੀ ਨਹੀਂ ਦੇਖਿਆ, ਪਹਿਲਾਂ ਮਤਲਬ ਲਾਸਟ ਈਅਰ ਮੇਰਾ
ਬ੍ਰਦਰ ਇੱਥੋਂ ਵੀਡੀਓ ਬਣਾ ਕੇ ਗਿਆ ਸੀਗਾ ਦੀਵਾਲੀ ਤੇ ਮੈਂ ਆ ਨਹੀਂ ਪਾਇਆ ਸੀਗਾ ਤੇ ਅੱਜ ਫਾਈਨਲੀ ਮੈਂ ਆ ਗਿਆ ਤੇ ਮੈਂ ਆਤਿਸ਼ਬਾਜ਼ੀ ਵੀ ਦੇਖ ਲਈ। ਬਾਰਿਸ਼ ਵੀ ਪੈ ਰਹੀ ਹੈ ਛੋਟੀ ਛੋਟੀ ਕੀ ਆਸਤਾ ਤੇ ਭਾਰੂ ਪੈਂਦੀ ਇਸ ਤਰ੍ਹਾਂ ਦੀ ਬਾਰਿਸ਼ ਜਿਸ ਤਰ੍ਹਾਂ ਦੀ ਲੋਕ ਜਿਹੜੇ ਸ਼ਰਧਾਲੂ ਇਕੱਠੇ ਹੋਏ ਨੇ ਇੱਥੇ? ਨਹੀਂ ਨਹੀਂ ਮੈਂ ਵੀ ਪਹਿਲੀ ਵਾਰੀ ਦੇਖ ਰਿਹਾ, ਮਤਲਬ ਮੌਸਮ ਇੱਕਦਮ ਤੋਂ ਚੇਂਜ ਹੋ ਗਿਆ, ਦਿਨੇ ਇਤਨੀ ਗਰਮੀ ਸੀਗੀ ਮਤਲਬ ਇੱਕਦਮ ਤੋਂ ਮੌਸਮ ਅੱਜ ਚੇਂਜ ਹੋਇਆ, ਸਮਝ ਨਹੀਂ ਆ ਰਿਹਾ ਕੀ ਹੋ ਗਿਆ। ਕਿੰਨਾ ਕੁ ਸਕੂਨ ਮਨ ਨੂੰ ਮਿਲਦਾ ਇੱਥੇ? ਭਾਈ ਬਹੁਤ ਜ਼ਿਆਦਾ ਸਕੂਨ ਮਿਲ ਗਿਆ, ਬਹੁਤ ਮਜ਼ਾ ਆਇਆ ਅੱਜ।